ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਬੋਲ ਧੰਨੇ ਦੇ ਸੀਰੀਜ਼ ਦਾ ਤੀਜਾ ਗੀਤ ਟਾਈ ਸ਼ਾਈ ਸੂਟ ਬੂਟ ਪਿੰਡਾਂ ਵਾਲਿਆਂ ਨਾਲ ਜ਼ਿੰਦਗੀ ਨਾਲ ਸੰਬੰਧਿਤ ਗੀਤ ਸੁਣਿਓ ਵਧੀਆ ਲੱਗਿਆ ਸ਼ੇਅਰ ਕਰ ਦਿਓ ਤੇ ਧੰਨਵਾਦ ਜਿਹੜੇ-ਜਿਹੜੇ ਸ਼ੇਅਰ ਕਰਦੇ ਹੋ ਤੇ ਇਹ YouTube ਤੇ ਵੀ ਨੇ ਹਰਿੰਦਰ ਹਾਸ ਚੈਨਲ ਆਪਣਾ ਉੱਤੇ ਵੀ ਸੁਣ ਸਕਦੇ ਹੋ ਤੇ ਸੁਣ ਕੇ ਜੀ ਹੂੰ ਹੋ ਸੂਟ ਬੂਟ ਜੇ ਆਪਾਂ ਕੇ ਟਾਈ ਸ਼ਾਈ ਲਾ ਕੇ ਮੈਂ ਪਿੰਡ ਵਿੱਚ ਵੜਿਆ ਸੀ ਹੋ ਰਸਤਾ ਜੇ ਆ ਭੁੱਲ ਗਿਆ ਲੱਗਿਆ ਜਿਵੇਂ ਰੁਲ ਗਿਆ ਇੱਕ ਬਾਬੇ ਕੋਲ ਖੜਿਆ ਸੀ ਉਹ ਪੁੱਛਿਆ ਮੈਂ ਇੱਕ ਤੋਂ ਸੀ ਸਲਾਹ ਦੇਣ ਲਈ ਸਭ ਆਏ ਇਹੋ ਆਪਣਤ ਹੁੰਦੀ ਬਈ ਪਿੰਡਾਂ ਵਾਲੇ ਬੰਦਿਆਂ ਦੀ ਯਾਰੋ ਮਤ ਹੈ ਅੱਤ ਹੁੰਦੀ ਹੋ ਪਿੰਡਾਂ ਵਾਲੇ ਲੋਕਾਂ ਦੀ ਯਾਰੋ ਮਤ ਹੈ ਅੱਤ ਹੁੰਦੀ ਓ ਆਪਣਾਪਣ ਖੋਲ ਆਏ ਪੈਸੇ ਨੇ ਮੋਲ ਆਏ ਕਈ ਸ਼ਹਿਰੀ ਲੋਕਾਂ ਨੂੰ ਉਹ ਬਾਕੀ ਸਭ ਤਾਂ ਮਿਲ ਜਾਣਾ ਮੋ ਪਿਆਰ ਹੀ ਰਹਿ ਜਾਣਾ ਨਾ ਮਿਲੂ ਬਾਜ਼ਾਰੀ ਲੋਕਾਂ ਨੂੰ ਹਜ਼ੂਰ ਪੂਰਾ ਲਾਉਂਦੇ ਕਈ ਮੀਕਣੀ ਤੋਂ ਬਚਾਉਂਦੇ ਕਈ ਭਾਵੇਂ ਸਿਰ ਤੇ ਨਾ ਛੱਤ ਹੁੰਦੀ ਹਉ ਬਈ ਪਿੰਡਾਂ ਵਾਲੇ ਲੋਕਾਂ ਦੀ ਓ ਯਾਰੋ ਮੱਤ ਹੈ ਅਤ ਹੁੰਦੀ ਇਹਨਾਂ ਮਦਦਗਾਰਾਂ ਦੀ ਅੰਦੇਆਂ ਪੜਹਾਰਾਂ ਦੀ ਰੱਬਾ ਸਦਾ ਹੀ ਚੜਤ ਰੱਖੀ ਨਾ ਖਾਲੀ ਹੋਣ ਦੇਈ ਖੁੱਲੀ ਜ਼ਿੰਦਗੀ ਜਿਉਣ ਦੇਈ ਸਭ ਘਰੀ ਬਰਕਤ ਰੱਖੀ ਹੋਏ ਯਾਰ ਨਿਆਰਾਂ ਦੇ ਵੈਰੀ ਨੇ ਗਦਾਰਾਂ ਦੇ ਦੇਖ ਵੈਰੀ ਨੂੰ ਸੂਰਜ ਤੋਂ ਜ਼ਿਆਦਾ ਇਨਾਂ ਦੀ ਰਤ ਹੁੰਦੀ ਬਈ ਪਿੰਡਾਂ ਵਾਲੇ ਲੋਕਾਂ ਦੀ ਯਾਰੋ ਮਤ ਹੈ ਅਤ ਹੁੰਦੀ ਹੋ ਪਿੰਡਾਂ ਵਾਲੇ ਬੰਦਿਆਂ ਦੀ ਯਾਰੋ ਮਤ ਹੈ ਅਤ ਹੁੰਦੀ ਔਰੁਖੀ ਮਿੱਸੀ ਖਾ ਕੇ ਰੱਬ ਦਾ ਸ਼ੁਕਰ ਮਨਾ ਕੇ ਰਹਿੰਦੇ ਨੇ ਹਸ ਮੁਖੀਏ ਹਾਇ ਰਸਵੀ ਜਾਂਦੇ ਨੇ ਛੇਤੀ ਮਨ ਵੀ ਜਾਂਦੇ ਨੇ ਬੰਡਾਉਂਦੇ ਸਾਰੇ ਦੁੱਖ ਸੁੱਖ ਨੇ ਓ ਲੁੱਟਦੀਆਂ ਸਰਕਾਰਾਂ ਨੇ ਕਰਦੀਆਂ ਵਪਾਰਾਂ ਨੇ ਓ ਲੁੱਟਦੀਆਂ ਸਰਕਾਰਾਂ ਨੇ ਓ ਕਰਦੀਆਂ ਵਪਾਰਾਂ ਨੇ ਸਾਡੀ ਜ਼ਿੰਦਗੀ ਕਿਉਂ ਓਏ ਬੇਬਸ ਹੁੰਦੀ ਬਈ ਪਿੰਡਾਂ ਵਾਲੇ ਲੋਕਾਂ ਦੀ ਯਾਰੋ ਮਤ ਹੈ ਅਤ ਹੁੰਦੀ ਹੋ ਪਿੰਡਾਂ ਵਾਲੇ ਮਿੱਤਰਾਂ ਦੀ ਓ ਯਾਰੋ ਗੱਲ ਹੀ ਵੱਖ ਹੁੰਦੀ ਥੈਂਕ ਯੂ ਜੀ ਜੇ ਵਧੀਆ ਲੱਗੂ ਸ਼ੇਅਰ ਕਰਦੇ ਹੋ ਤੇ ਸਪੋਰਟ ਕਰਦੇ ਰਹੋ ਐਵੇਂ ਤੰਦਰੁਸਤ ਰੱਖੇ ਰੱਬ